ਅੱਜ ਆਪ ਜੀ ਨੂੰ ਮੈਂ ਸਿਤਾਰ ਬਾਰੇ ਦੱਸਣ ਲੱਗਾ ਸਾਡੇ ਨਾਲ ਨਰਿੰਦਰ ਕੌਰ ਜੀ ਨੇ ਮੈਂ ਆਪ ਜੀ ਨੂੰ ਇਹਦੀ ਹਿਸਟਰੀ ਦੱਸਾਂਗਾ ਅਤੇ ਨਰਿੰਦਰ ਜੀ ਆਪ ਨੂੰ ਵਜਾ ਕੇ ਦੱਸਣਗੇ ਅੱਜ ਆਪ ਜੀ ਨੂੰ ਮੈਂ ਸਿਤਾਰ ਬਾਰੇ ਦੱਸਣ ਲੱਗਾ ਸਿਤਾਰ ਮੀਨਸ ਛੇ ਤਾਰ ਪਹਿਲਾਂ ਇਹਦਾ ਨਾਂ ਸੀ ਸਹਿਤਾਰ ਬਿਕੋਜ਼ ਇਹਦੇ ਵਿੱਚ ਮੇਨ ਸਿਕਸ ਸਟ੍ਰਿੰਗਸ ਹੁੰਦੀਆਂ ਨੇ ਉਹਦੇ ਕਰਕੇ ਇਹਨੂੰ ਇਹਦਾ ਨਾਂ ਪਿਆ ਸਿਤਾਰ ਇਹ ਸਿਤਾਰ ਦੀ ਜਿਹੜੀ ਖੋਜ ਕੀਤੀ ਉਹ ਹਜ਼ਰਤ ਅਮੀਰ ਖੁਸਰੋ ਸਾਹਿਬ ਨੇ ਕੀਤੀ ਇਹ ਇੰਡੀਅਨ ਅਤੇ ਪਰਸ਼ੀਅਨ ਇੰਸਟਰੂਮੈਂਟ ਦਾ ਮਿਕਸਚਰ ਹੈ ਜਿਹੜਾ ਇੰਡੀਅਨ ਇੰਸਟਰੂਮੈਂਟ ਵੀਣਾ ਹੈਗਾ ਸਾਡੇ ਕੋਲ ਅਤੇ ਪਰਸ਼ੀਅਨ ਇੰਸਟਰੂਮੈਂਟ ਤੰਬੂਰ ਦੋਨਾਂ ਨੂੰ ਮਿਲਾ ਕੇ ਸਿਤਾਰ ਬਣਾਇਆ ਗਿਆ ਇਹਦੇ ਵਿੱਚ ਛੇ ਤਾਰਾਂ ਹੁੰਦੀਆਂ ਨੇ ਮੇਨ ਅਤੇ 11 ਤਰਫ ਦੀ ਤਾਰ ਹੁੰਦੀ ਹੈ ਅਤੇ ਉਹਨਾਂ ਨੂੰ ਉਹਨਾਂ ਤੋਂ ਮਿਲ ਕੇ ਬਣਦਾ ਹੈ ਸਿਤਾਰ ਬਿਕੋਜ਼ ਪਹਿਲਾਂ ਇਹਨੂੰ ਸਹਿਤਾਰ ਕਿਹਾ ਜਾਂਦਾ ਸੀ ਅਤੇ ਨਾਂ ਚੇਂਜ ਹੁੰਦੇ ਹੁਣ ਇਹਨੂੰ ਸਿਤਾਰ ਕਹਿੰਦੇ ਅਤੇ ਸਾਡੇ ਨਾਲ ਅੱਜ ਨਰਿੰਦਰ ਕੌਰ ਜੀ ਨੇ ਉਹ ਸਾਨੂੰ ਇਹਦੇ 'ਤੇ ਸਾਨੂੰ ਵਜਾ ਕੇ ਦੱਸਣਗੇ ਨਰਿੰਦਰ ਜੀ ਇਹਦੇ 'ਤੇ ਕਿਵੇਂ ਸਾਰੇ ਗਾਵਾਂ ਵੱਜਦਾ ਤੁਸੀਂ ਸਾਨੂੰ ਦੱਸੋਗੇ ਵਜਾ ਕੇ ਇਹਦੇ ਵਿੱਚ ਨਾ ਦੇਖੋ ਇਹ ਖੂੰਟੀ ਹੈ ਇਹ ਛੇ ਖੂੰਟੀਆਂ ਨੇ ਇਹ ਛੇ ਤਾਰ ਇਹਦੇ 'ਤੇ ਲੱਗਦੇ ਨੇ ਪਰ ਇਹ ਵਿਲਾਇਤ ਖਾਨ ਸਾਹਿਬ ਸਟਾਈਲ ਦੀ ਸਿਤਾਰ ਹੈ ਦੋ ਤਰ੍ਹਾਂ ਦੀ ਸਿਤਾਰ ਇੱਕ ਪੰਡਿਤ ਰਵੀ ਸ਼ੰਕਰ ਸਟਾਈਲ ਇੱਕ ਵਿਲਾਇਤ ਖਾਨ ਸਾਹਿਬ ਸਟਾਈਲ ਇਹ ਵਿਲਾਇਤ ਖਾਨ ਸਾਹਿਬ ਸਟਾਈਲ ਸਿਤਾਰ ਹੈ ਇਹਦੇ ਵਿੱਚ ਛੇ ਖੂੰਟੀਆਂ ਲੱਗੀਆਂ ਪਰ ਤਾਰ ਪੰਜ ਹੀ ਹੁੰਦੇ ਇਹਦੇ ਵਿੱਚ ਪਰ ਐਕਚੁਲੀ ਉਹ ਯੂਜ਼ ਨਹੀਂ ਕਰਦੇ ਸੀ ਛੇਵੀਂ ਤਾਰ ਇਸ ਕਰਕੇ ਇਹਦੀ ਛੇਵੀਂ ਤਾਰ ਨਹੀਂ ਹੈ ਅਤੇ 11 ਇਹਦੇ ਵਿੱਚ ਤਰਬ ਦੀਆਂ ਤਾਰਾਂ ਹੁੰਦੀਆਂ ਨੇ ਇਹ ਛੋਟੀ ਛੋਟੀ ਖੂੰਟੀਆਂ ਤੁਸੀਂ ਦੇਖ ਰਹੇ ਹੋ ਇਹਨੂੰ ਤਰਬ ਇਹ 11 ਇਹਨੂੰ ਤਰਬ ਇਹ ਥੱਲੇ ਲਾਈਕ ਹਾਫ ਹਾਫ ਇੰਸਟਰੂਮੈਂਟ ਹੁੰਦਾ ਵੈਸਟਰਨ ਉਸ ਤਰ੍ਹਾਂ ਇਹਨੂੰ ਯੂਜ਼ ਕਰਦੇ ਇਹਨੂੰ ਟਿਊਨ ਕਰਕੇ ਅਤੇ ਇਹਦੇ ਜਦੇ ਵਜਾਉਂਦੇ ਤਾਂ ਰੈਜੋਨੈਂਸ ਨਾਲ ਜਿਹੜਾ ਫੀਲ ਪੈਦਾ ਹੁੰਦਾ ਅਤੇ ਮੇਨ ਇਹ ਜਿਹੜੀ ਤੁਸੀਂ ਚੀਜ਼ਾਂ ਵੇਖ ਰਹੇ ਹੋ ਇਹਨੂੰ ਪਰਦਾ ਕਹਿੰਦੇ ਆ ਹੈ ਨਾ ਫਰੈਟਸ ਇੰਗਲਿਸ਼ 'ਚ ਪਰਦਾ ਇਹਦੇ 'ਤੇ ਹੱਥ ਰੱਖ ਕੇ ਵਜਾਇਆ ਜਾਂਦਾ ਤੁਸੀਂ ਹੁਣ ਪਰਦੇ 'ਤੇ ਹਾਂ ਇੰਡੈਕਸ ਫਿੰਗਰ ਰੱਖਦੇ ਆ ਜਿਹੜਾ ਸਾਜ਼ ਹੈ ਇੰਡੀਅਨ ਕਲਾਸੀਕਲ ਮਿਊਜ਼ਿਕ ਦਾ ਇੱਕ ਮੇਨ ਇੰਸਟਰੂਮੈਂਟ ਹੈ ਇਸ ਤੋਂ ਬਿਨਾਂ ਹਿੰਦੁਸਤਾਨੀ ਸੰਗੀਤ ਅਧੂਰਾ ਹੈ ਅਤੇ ਬਾਲੀਵੁੱਡ 'ਚ ਵੀ ਇਹਦਾ ਬੜਾ ਰੋਲ ਹੈ ਪੁਰਾਣੇ ਗਾਣੇ ਤੁਸੀਂ ਸੁਣੋਗੇ ਬਹੁਤ ਜ਼ਿਆਦਾ ਬੈਕਗਰਾਊਂਡ ਮਿਊਜ਼ਿਕ ਗਾਣੇ ਦੇ ਵਿੱਚ ਸਪੈਸ਼ਲ ਜਿਹੜੇ ਤੁਸੀਂ ਦੇਖਿਆ ਹੋਣਾ ਮੁਜਰਾ ਸੌਂਗਸ ਉਹਦੇ ਵਿੱਚ ਬਹੁਤ ਯੂਜ਼ ਹੋਇਆ ਭਜਨ ਵਿੱਚ ਭਜਨ ਗਜ਼ਲ ਦੇ ਵਿੱਚ ਇਹ ਇੱਕ ਆਪਣਾ ਅਲੱਗ ਸਥਾਨ ਰੱਖਦਾ ਸਿਤਾਰ ਅਤੇ ਇਸ ਤੋਂ ਬਿਨਾਂ ਔਰ ਇਹਦਾ ਸਾਊਂਡ ਇੰਨਾ ਅੱਛਾ ਹੈ ਤੁਹਾਨੂੰ ਦੂਸਰੀ ਦੁਨੀਆ 'ਤੇ ਲੈ ਕੇ ਚਲਾ ਜਾਂਦਾ ਹੈ ਸਾਜ਼ ਹੈ ਨਾ ਅਤੇ ਇਹ ਜਿਹੜਾ ਸਾਜ਼ ਬਣਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਹਿੰਦੁਸਤਾਨ ਅਤੇ ਪਰਸ਼ੀਅਨ ਦੋ ਸਾਜ਼ਾਂ ਨੂੰ ਮਿਕਸ ਕਰਕੇ ਬਣਿਆ ਅੱਜ ਮੈਂ ਆਪ ਜੀ ਨੂੰ ਸਿਤਾਰ ਬਾਰੇ ਦੱਸਣ ਲੱਗਾ ਇਹ ਕਿਵੇਂ ਬਣਦਾ ਸਿਤਾਰ ਬਣਦਾ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਤਾਨਪੁਰਾ ਕੱਦੂ ਵਾਂਗ ਉਸ ਤਰ੍ਹਾਂ ਹੀ ਇਹ ਵੀ ਕੱਦੂ ਵਾਂਗ ਬਣਦਾ ਤੁਸੀਂ ਦੇਖੋ ਜਿਹੜਾ ਇਹ ਪਾਰਟ ਹੈ ਇਹਦਾ ਇਹ ਕੱਦੂ ਦਾ ਬਣਿਆ ਹੋਇਆ ਠੀਕ ਹੈ ਇਹਨੂੰ ਸੁਕਾ ਕੇ ਪੇਠਾ ਜਿਹੜਾ ਕਹਿੰਦੇ ਆਪਾਂ ਪੇਠਾ ਵੀ ਕਹਿੰਦੇ ਉਹਨੂੰ ਸੁਕਾ ਕੇ ਕੱਟ ਕੇ ਬਣਾਇਆ ਜਾਂਦਾ ਹੈ ਬਾਕੀ ਇਹਦੇ ਨਾਲ ਲੱਕੜ ਐਡ ਹੁੰਦੀ ਹੈ ਇਹ ਅਲੱਗ ਅਲੱਗ ਕੁਆਲਿਟੀ ਦੀ ਲੱਕੜ ਹੁੰਦੀ ਜਿੰਨੀ ਵਧੀਆ ਲੱਕੜ ਹੋਏਗੀ ਉਨਾ ਮਹਿੰਗਾ ਸਿਤਾਰ ਹੋਏਗਾ ਇਹ ਲੱਕੜ ਹੈ ਸਾਰੀ ਠੀਕ ਹੈ ਅਤੇ ਇਹਨੂੰ ਮਣਕਾ ਕਹਿੰਦੇ ਆ ਮੋਤੀ ਦਾ ਬਣਕਾ ਦੇਖੋ ਲੱਗਿਆ ਹੋਇਆ ਇੱਧਰ ਵੀ ਹੈ ਹੈ ਨਾ ਇਹ ਖੂੰਟੀਆਂ ਨੇ ਇਹਦੀ ਛੇ ਤਾਰਾਂ ਨੇ ਜਿਹੜੀ ਇਹ ਲੱਗੀ ਹੈ ਤੁਸੀਂ ਦੇਖ ਰਹੇ ਹੋ ਅਤੇ ਹੈ ਨਾ ਦੋ ਤਾਰਾਂ ਇੱਥੇ ਹੁੰਦੀਆਂ ਨੇ ਇਹ ਤਰਬ ਦੀ ਤਾਰ ਹੈ ਲਾਈਕ ਹਾਰ ਵਾਂਗ ਯੂਜ਼ ਕਰਦੇ ਇਹਨੂੰ ਹੈ ਨਾ ਇਹਦੇ ਸਾਊਂਡ ਨਾਲ ਹੋਰ ਵਧੀਆ ਇਫੈਕਟ ਪੈਦਾ ਹੁੰਦਾ ਅਕੋਰਡਿੰਗ ਰਾਗ ਦੇ ਅਕੋਰਡਿੰਗਲੀ ਇਹਨੂੰ ਟਿਊਨ ਕੀਤਾ ਜਾਂਦਾ ਥੱਲੇ ਜਿਹੇ ਜਿਹਾ ਰਾਗ ਗਾ ਰਹੇ ਜਿਵੇਂ ਭੋਪਾਲੀ ਗਾ ਰਹੇ ਹਾਂ ਅਤੇ ਸ਼ੁੱਧ ਸਵਰਜ ਜਿਵੇਂ ਮਾਲਕੋਨ ਜਾਂ ਭੈਰਵੀ ਗਾਵਾਂਗੇ ਤਾਂ ਕੋਮਲ ਸਵਰਜ ਟਿਊਨ ਕਰਾਂਗੇ ਉਹਦੀ ਜਿਹੜੀ ਧੁਨੀ ਪੈਦਾ ਹੁੰਦੀ ਉਹਦੇ ਨਾਲ ਹੋਰ ਇਹਦਾ ਰੰਗ ਖੇਡਦਾ ਹੈ ਨਾ ਔਰ ਇਹ ਬਹੁਤ ਹੀ ਮਿੱਠਾ ਸਾਜ਼ ਹੈ ਇਸ ਤੋਂ ਬਿਨਾਂ ਹਿੰਦੁਸਤਾਨੀ ਸੰਗੀਤ ਅਧੂਰਾ ਹੈ